ਹਾਂਜੀ ਵੀਰ ਜੀ, ਸਾਰਾ ਵੀਰ ਸਤਿ ਸ਼੍ਰੀ ਅਕਾਲ ਜੀ। ਸੰਦੀਪ ਡੇਅਰੀ ਫਾਰਮ, ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਵੀਰ ਜੀ, ਅੱਜ ਆਪਣੀ ਵਿਜਿਟ ਹੈਗੀ ਆ ਸ਼ਹਿਰ ਬਟਾਲਾ ਜੀ, ਜ਼ਿਲ੍ਹਾ ਗੁਰਦਾਸਪੁਰ ਪੈਂਦਾ, ਤਹਿਸੀਲ ਵੀ ਬਟਾਲਾ ਪੈਂਦੀ ਹੈ ਜੀ। ਇਹ ਵੀਰ ਹੁਣ ਵਪਾਰ ਨਹੀਂ ਕਰਦੇ, ਘਰ ਦੇ ਪਸ਼ੂ ਜੀ, ਇੱਕੋ ਨੀਲੀ ਰਾਵੀ ਝੋਟੀ ਸੇਲ ਆ। ਅਤੇ ਆਓ ਹੁਣ ਵੀਰ ਨੂੰ ਗੱਲਬਾਤ ਕਰੀਏ, ਕਹਿੰਦਾ ਪ੍ਰਾਈਸ ਕੀ ਆ ਅਤੇ ਕੀ ਮਿਲਕ ਕੌੜਾ। ਉਸ ਤੋਂ ਪਹਿਲਾਂ ਵੀਰ ਜੀ, ਰਿਕੁਐਸਟ ਕਰਨ ਤੋਂ ਪਹਿਲਾਂ ਕਿੱਥੇ ਆ ਕੇ ਦੋ ਟਾਈਮ ਦੀ ਚੁਆਈ ਜ਼ਰੂਰ ਕਰੋ, ਪਾਸ ਕਰੋ, ਪੂਰੀ ਤਸੱਲੀ ਲਿਖ ਦਿਓ। ਵਾਰ ਵਾਰ ਵੀਰ ਜੀ ਇਹ ਬੇਨਤੀ ਕਰਦੇ ਹਾਂ, ਤੁਹਾਡੇ ਅੱਗੇ ਚੁਆਈ ਕਰਕੇ ਲੈ ਕੇ ਜਾਓ, ਨਾਲੇ ਵੀਡੀਓ ਬਾਤਾਂ ਸ਼ੇਅਰ ਕਰ ਦਿਆ ਕਰੋ। ਚਲੋ ਗਾਹ ਵੀ ਕਿਸੇ ਵੀਰ ਦਾ ਫਾਇਦਾ ਹੋ ਸਕੇ, ਹੁਣ ਆਪਾਂ ਵੀਰ ਨਾਲ ਗੱਲਬਾਤ ਕਰੀਏ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਚਲੋ ਵਪਾਰ ਤੁਸੀਂ ਕਰਦੇ ਨੇ? ਨਹੀਂ, ਕਰਦੇ ਡਾਕਟਰੀ ਦਾ, ਵੈਟਰਨਰੀ ਦਾ ਕਰਦਾ ਜੀ। ਅੱਛਾ, ਠੀਕ ਆ। ਇਹ ਮੈਂ ਲਈ ਸੀ ਝੋਟੀ ਜੀ, ਤੁਹਾਡੇ ਫਿਰੋਜ਼ਪੁਰ ਏਰੀਏ 'ਚ ਹੀ ਆਈ ਸੀ, ਇੱਥੇ ਮੰਡੀ 'ਚ। ਅੱਛਾ, ਵੱਲਾ ਮੰਡੀ। ਵੱਲਾ ਮੰਡੀ, ਠੀਕ ਠੀਕ ਹੈ ਜੀ, ਠੀਕ ਹੈ ਠੀਕ ਆ। ਪਹਿਲੇ ਸੂਏ ਸੂਈ ਜੇ? ਅੱਛਾ, ਹੁਣ ਸੂਈ ਆ। ਹਾਂਜੀ। ਤੇ ਇਹਨੂੰ ਬੰਦ ਕਰ ਰਹੀ ਹੈ? ਦੁੱਧ ਕਿੰਨੇ ਜੀ ਇਸ ਟਾਈਮ? ਦੁੱਧ ਭਾਜੀ ਇਹਦੇ ਥੱਲੇ 12 ਕਿਲੋ ਜੇ। 12 ਕਿਲੋ ਦੁੱਧ ਪੂਰਾ ਤਿਆਰ ਆ? ਤਿਆਰ ਆ, ਪਰ 10 ਦੀ ਮੈਂ ਗਰੰਟੀ ਦਾਂਗਾ, ਭਾਵੇਂ ਕੋ ਧਾਰ ਵੀ ਨਾ ਮਾਰੇ। ਠੀਕ ਆ, 10 ਕਿਲੋ ਗਰੰਟੀ ਲਵੋਗੇ। ਤੇ ਬੱਚਾ ਮਗਰ ਜੀ? ਮਗਰ ਇਹਦੇ 31 ਜੀ। ਅੱਛਾ ਜੀ। ਇਹ ਟੀਕਾ ਮੈਂ ਲਿਆਂਦਾ ਪਾਕਿਸਤਾਨ ਤੋਂ। ਅੱਛਾ, ਹੈ ਜੀ, ਪਾਕਿਸਤਾਨ ਤੋਂ ਲਿਆਂਦਾ ਸੀ ਲਾਹੌਰ ਤੋਂ ਟੀਕਾ। ਅਸੀਂ, ਤੁਸੀਂ ਆਪ ਲੈ ਕੇ ਆਂਦੇ ਜੀ? ਆਪ ਮੰਗਾਇਆ ਮੈਂ ਟੀਕਾ। ਇਹ ਨਹੀਂ, ਫਿਰ ਤੁਸੀਂ ਉਹ ਫਿਰ ਕਿਹੜੇ ਸਨਾ ਮੰਗਾਇਆ ਜੀ? ਇਹ ਸਾਡਾ ਬੰਦਾ ਗਿਆ ਸੀ ਕਰਤਾਰਪੁਰ ਸਾਹਿਬ। ਹਾਂਜੀ ਹਾਂਜੀ, ਮੇਰੇ ਨਾਲ ਹੀ ਮੁੰਡਾ ਡਾਕਟਰ ਬਾਹਰ। ਅੱਛਾ ਜੀ। ਮੈਂ ਉਹਨੂੰ ਕਾਲ ਕੀਤੀ ਤੇ ਉਹਨੇ ਫਿਰ ਕਰਤਾਰਪੁਰ ਨੂੰ ਦੇਤਾ ਸੀਮਨ। ਨਹੀਂ, ਫਿਰ ਉਹ ਕਿਵੇਂ ਆਏ ਸੀਮਨ ਜੀ? ਬਰਫ ਚੜਾ ਕੇ ਲਿਆਂਦੇ ਹੈ ਜੀ, 6 ਟੀਕੇ। ਅੱਛਾ। ਹਾਂਜੀ, ਉਹਦੇ ਵਿੱਚ ਦੋ ਡੰਗਰ ਸਾਡੇ ਕੰਸੀਵ ਕੀਤੇ, ਬਾਕੀ ਨਹੀਂ ਕੀਤੇ। ਤੇ ਵੇਖੇ ਬਾਜੀ, ਵੇਖੇ ਮੇਰੇ ਸਨ ਵੇਖੇ ਆ ਤਾਂ ਨਹੀਂ ਸਕਦੇ, ਪਰ ਤੁਸੀਂ ਪਤਾ ਨਹੀਂ ਕਿਵੇਂ। ਹਾਂਜੀ, ਨਹੀਂ ਕੋਈ ਰੋਕਦੇ ਨਹੀਂ, ਉਹਨਾਂ ਨੇ ਦੱਸਤਾ ਸੀ ਨਾ ਉਹਨਾਂ ਨੂੰ। ਅੱਛਾ। ਤੇ ਫਿਰ ਇੱਕ ਫਿਰ ਕਿਹੜੀ ਲੈਣ ਦਾ ਆ ਗਿਆ ਦੋਨਾਂ ਵਿੱਚੋਂ? ਇਹ ਉਧਰ ਇਹਦਾ ਨਾਮ ਲੋਰੀ ਬੋਲੀ ਆ ਜੀ, ਉੱਥੇ ਜਿਹੜਾ ਇਹ ਜਿਹੜੇ ਸਾਂਦ ਆ। ਅੱਛਾ, ਇਹ ਲੋਰੀ ਬੋਲੀ ਆ? ਹਾਂਜੀ, ਠੀਕ ਆ। ਫਿਰ ਤੁਹਾਡਾ ਲਿੰਕ ਹੋਣਾ ਕਿਸੇ ਨੂੰ ਦੋਨਾਂ? ਹਾਂਜੀ, ਮੇਰੇ ਨਾਲ ਤੁਹਾਨੂੰ ਦੱਸਣ ਲਿਆ ਨਾ ਮੁੰਡਾ ਸੀ ਡਾਕਟਰ ਦੋਹਾ ਕੱਤਰ। ਅੱਛਾ। ਉਹ ਛੁੱਟੀ ਆਇਆ ਸੀਗਾ। ਹਾਂਜੀ। ਉਹਨੂੰ ਫਿਰ ਮੈਂ ਦੱਸਿਆ ਮੈਂ ਵੀ ਇਦਾਂ ਸਿਮਰ ਕੋਈ ਮਿਲ ਸਕਦਾ, ਕਹਿੰਦਾ ਮਿਲ ਸਕਦਾ। ਠੀਕ ਹੈ, ਸਾਨੂੰ ਵੀ ਡਾਊਟ ਸੀ ਵੀ ਉਹਨਾਂ ਨੇ ਨਹੀਂ ਆਉਣ ਦੇਣਾ। ਫਿਰ ਚੈਕਿੰਗ ਨਹੀਂ ਹੋਈ ਰਾਤ ਫਿਰ ਤੁਹਾਡੇ? ਨਹੀਂ, ਪਾਣੀ ਵਾਲੀ ਬੋਤਲ ਲੈ ਗਏ ਨਾ ਥਰਮੋਸ਼। ਹਾਂਜੀ ਹਾਂਜੀ, ਤੇ ਉਹ 'ਚ ਬਰਫ਼ ਪਾ ਕੇ ਭਰ ਕੇ ਬਰਫ਼। ਅੱਛਾ। ਉਹ 'ਚ ਸਟਰਾਅ ਪਾ ਕੇ, ਕਹਿੰਦਾ ਜੇ ਖਰਾਬ ਹੋ ਗਏ ਤੇ ਹੋ ਗਏ। ਕਿੰਨੇ ਲੈ ਕੇ ਆਉਂਦੇ ਸੀ ਫਿਰ? ਅਸੀਂ 6 ਸਟਰਾਅ। 6 ਸਟਰਾਅ ਲੈ ਕੇ ਆਉਂਦੇ ਮੈਂ। ਚਲੋ, ਪਹਿਲੀ ਵਾਰ ਸੁਣਿਆ ਵੇ, ਇਹ ਤੇ ਮੈਂ ਮੁਸ਼ਕਲ ਆ। ਚਲੋ, ਤੁਸੀਂ ਲੈ ਆਏ ਹੋਗੇ ਤੇ ਖੋਲੋ ਫਿਰ ਦਿਖਾਈਏ ਜੀ। ਤੇ ਦੇਖੋ ਜੀ, ਪਹਿਲੇ ਮੇਰੇ ਸਿਰ ਮੈਂ ਜੀ ਫਿਰ ਪਹਿਲੀ ਵਾਰੀ ਬਣਾ ਲੱਗਾ ਵੀਡੀਓ ਇਹੋ ਜਿਹੇ ਬੰਦਿਆਂ ਦੇ ਜੀ, ਜਿਹਨਾਂ ਨੇ ਪਾਕਿਸਤਾਨ ਤੋਂ ਟੀਕਾ ਲੈ ਕੇ ਆਉਂਦਾ ਉਹ ਕੱਟੀ ਵਿਖਾਵਾਂਗੇ ਤੁਹਾਨੂੰ। ਤੇ ਬਾਜੀ, ਫਿਰ ਤੁਸੀਂ ਸੰਭਾਲ ਘੱਟ ਕੀਤੀ ਫਿਰ ਬੱਚੇ ਦੀ? ਬੱਚੇ ਦੀ ਉਹ ਤਾਂ ਥੋੜਾ ਜਿਹਾ ਹੋ ਗਿਆ ਸੀ ਜੇ, ਕਬਜ਼ ਹੋ ਗਈ ਸੀ। ਹਾਂਜੀ, ਆ ਦੇਖੋ ਜੀ, ਥਾਲੇ ਵੇਖੋ ਤੇ ਚੁਆਈ ਵੀ ਮੇਰੇ ਸਾਹ ਨਾਲ ਕਿੰਨੇ ਵਜੇ ਕਰ ਜੋ ਜੀ ਫਿਰ ਤੁਸੀਂ? ਇਹਦੀ ਭਾਜੀ ਅੱਜ 8 ਵਜੇ ਕੀਤੀ ਜੀ। 8 ਵਜੇ ਵੇਖੋ, 8 ਵਜੇ ਚੁਆਈ ਕੀਤੀ ਆ ਤੇ ਤਕਰੀਬਨ 12 ਵਜ ਚੁੱਕੇ ਆ। ਦੇਖੋ, ਸੋਹਣੀ ਝੋਟੀ ਹੈ ਜੀ, ਬਹੁਤ ਕੁਆਲਿਟੀ ਝੋਟੀ ਆ, ਨਾਲੇ ਆਈ ਵੀ ਸਾਡੇ ਇਲਾਕੇ ਤੋਂ ਫਿਰੋਜ਼ਪੁਰ ਤੋਂ ਆਈ ਆ। ਆ ਦੇਖੋ, ਇੱਕ ਹੋਰ ਭਾਜੀ ਦੀ ਗੱਲ ਜੇ ਕਹੀ ਨਾ, ਇੱਥੇ ਮੈਂ ਤਾਂ ਨੋਟ ਨਹੀਂ ਕੀਤਾ ਤੇ ਕਈ ਸੱਜਣ ਮਿੱਤਰ ਆਏ ਵੇਖਣ ਤੇ ਉਹ ਕਹਿੰਦੇ ਵੀ ਇਹਦੇ ਜਿਹੜੇ ਥਾਣੇ ਆ ਨਾ, ਹਾਂਜੀ, ਗਾਲ ਪਛਾੜਿਆ ਕੋਈ ਤਾਂ, ਮਤਲਬ ਅਗਲੇ ਵੱਡੇ ਆ ਤੇ ਮਗਲੇ ਥੋੜੇ ਛੋਟੇ ਆ। ਠੀਕ ਆ, ਇਹ ਵੀ ਦੱਸ ਦਿਓ ਵਿੱਚ। ਹਾਂ ਬਿਲਕੁਲ ਜੀ, ਆ ਵੇਖ ਲਓ, ਚੈੱਕ ਕਰ ਲਓ ਜੀ, ਅਗਲੇ ਵੱਡੇ ਆ ਤੇ ਮਗਲੇ ਛੋਟੇ ਆ। ਠੀਕ ਆ, ਤੇ ਇੱਕ ਗੱਲ ਹੋਰ ਜੇ, ਹਾਂਜੀ, ਜਿਹੜਾ ਇਹਦਾ ਥਾਣੇ ਆ ਨਾ ਮਗਲਾ ਵਹਿਣੀ ਵਾਲੇ ਬੰਨੇ ਦਾ, ਹਾਂਜੀ ਹਾਂਜੀ, ਉਸ ਥਾਣ ਦੇ ਨਾਲ ਤਿੰਨੇ ਥਾਣ ਬਰਾਬਰ ਚੋਏ ਜਾਂਦੇ ਜੀ। ਅੱਛਾ, ਇਹਨਾਂ ਦੁੱਧ ਉੱਤੇ, ਇਹਨਾਂ ਦੁੱਧ ਦਾ। ਠੀਕ ਆ, ਮਿਲ ਕਈ ਉਹ ਨਾ ਕਹੇ ਕਿ ਮਗਲੇ ਨਾ ਮਗਲਾ ਨਹੀਂ ਬਰਾਬਰ, ਅਗਲੇ ਨਾ ਅਗਲਾ ਨਹੀਂ। ਬਿਲਕੁਲ ਜੀ, ਬਿਲਕੁਲ, ਅਗਲੇ ਨਾ ਅਗਲਾ ਬਰਾਬਰ ਆ। ਹਾਂਜੀ, ਪਰ ਮਗਲੇ ਥਾਣ ਦੇ ਨਾਲ ਤਿੰਨੇ ਥਾਣ ਚੋਏ ਜਾਂਦੇ। ਠੀਕ ਆ, ਉਹ ਚ ਦੁੱਧ ਜਾਂਦਾ। ਤੇ ਬਾਜੀ ਫਿਰ ਇਹਦੀ ਕੀਮਤ ਆ? ਇਹਦੀ ਕੀਮਤ ਭਾਜੀ ਹੈਗੀ ਜੀ 85,000। 85,000? ਹਾਂਜੀ, 3,000 ਇਸ ਤੋਂ ਛੂਟ ਕਰਦਾ। 82,000 ਦੋਗੇ? ਚਲੋ, ਕੱਟੀ ਵੇਖੀ ਜਾਂਦੀ। ਦੇਖੋ ਜੀ, ਆਹ ਕੱਟੀ ਹੈ, ਇਹ ਨਾ ਥੋੜੀ ਬਿਮਾਰ ਹੋ ਗਿਆ। ਹਾਂਜੀ, ਲੋਰੀ ਬੋਲ ਜਿਹੜਾ ਪਾਕਿਸਤਾਨ ਤੋਂ ਆਇਆ ਸੀ ਵੀਰਾਂ ਨੇ, ਉੱਥੋਂ ਸਿਮਾਂ ਲੈ ਕੇ ਆਉਂਦੇ ਆ। ਤੇ ਆਹ ਦੇਖੋ, ਦੇਖੋ ਬਹੁਤ ਸੋਹਣੀ ਕੱਟੀ ਹੈ ਜੀ। ਆਹ ਦੇਖੋ, ਪੱਕੀ ਗੱਲ ਭਾਜੀ, ਇਹਦੇ ਕੋਈ ਕੋਈ ਝੂਠ ਨਹੀਂ, ਝੂਠ 1% ਦਾ ਵੀ ਹੈ ਨਹੀਂ। ਲੋਰੀ ਬੋਲ ਦੀ ਬਲੱਡ ਉਹਦਾ ਟੈਸਟ ਨਹੀਂ, ਕਿ ਲੋਰੀ ਬੋਲ ਆਪਣੇ ਉੱਥੋਂ ਦਾ ਵੀ ਹੈਗਾ ਨਾ, ਸਾਰ ਬੋਇਨ ਦਾ, ਉਹਨਾਂ ਵਿੱਚ ਤਾਂ ਪੱਕਾ ਤੁਸੀਂ ਉੱਥੋਂ ਲੈ ਕੇ ਆਉਂਦੇ ਆ। ਇਹ ਤਾਂ ਲਾਹੌਰ ਦਾ ਕੋਈ ਲੋਰੀ ਬੋਲ ਹੈ? ਲਾਹੌਰ ਦਾ ਲੋਰੀ ਬੋਲ ਆ। ਹਾਂ, ਤੁਸੀਂ ਆਪ ਲੈ ਕੇ ਆਉਂਦੇ ਆ? ਹਾਂ। ਚਲੋ, ਬਸ ਬਿਲਕੁਲ ਜੀ, ਵੇਖੋ ਵੇਖੋ, ਬਾਈ ਨੂੰ ਲੈ ਕੇ ਆਉਂਦੇ ਆ ਤੇ ਸੋਹਣੀ ਕੱਟੀ ਹੈ ਜੀ। ਆਹ ਦੇਖੋ, ਚੈੱਕ ਕਰਕੇ ਲੈ ਕੇ ਜਾਇਆ ਜੀ, ਪੂਰੀ ਪਾਸ ਕਰਕੇ ਲੈ ਕੇ ਜਾਇਆ ਜੀ। ਠੀਕ ਹੈ ਕਿ ਨਹੀਂ, ਸਹੀ ਹੈ ਕਿ ਨਹੀਂ ਬਾਜੀ? ਹਾਂ ਬਿਲਕੁਲ, ਚੁਆਈ ਕਰਕੇ ਲੈ ਕੇ ਜਾਓ। ਬਾਕੀ ਇੱਕ ਗੱਲ ਹੋ ਰਿਹਾ ਕਿ ਜਿੰਨੇ ਵੀਰ ਨੇ ਖੜਨੀ ਆ ਤੇ ਇੱਥੇ ਮੇਰੇ ਕੋਲ ਦੋ ਡੰਗ ਚਵਾ ਕੇ ਖੜੇ। ਬਿਲਕੁਲ ਜੀ, ਬਿਲਕੁਲ ਬਿਲਕੁਲ, ਸਹੀ ਸਹੀ ਚਾਹੀਦਾ ਬਾਜੀ, ਆਈ ਆ। ਚਲੋ, ਆਨਲਾਈਨ ਮੰਗਾਉਣੀ ਆ ਉਹਦੀ ਮੈਂ ਦੱਸ, ਆਜੋ ਅੱਗੇ ਆਜੋ। ਹਾਂਜੀ ਹਾਂਜੀ, ਇਹਦਾ ਕੋਈ ਥਣ ਚ ਭੂਰ ਨਹੀਂ, ਕੋਈ ਸ਼ਿਕਾ ਨਹੀਂ। ਠੀਕ ਹੈ ਜੀ, ਬਿਲਕੁਲ ਪੋਲੀ ਧਾਰ ਆ। ਠੀਕ ਆ, ਆਰਾਮ ਨਾਲ ਮਿਲਦੀ ਆ। ਚਲੋ ਠੀਕ ਹੈ, ਨੰਬਰ ਤੇ ਆਪਣਾ ਐਡਰੈਸ ਬੋਲ ਦਿਓ ਜੀ। ਨੰਬਰ ਮੇਰਾ ਹੈਗਾ ਜੀ 92573। ਹਾਂਜੀ, 46906। ਠੀਕ ਆ,
ਜਿਹਨੂੰ ਕੋਈ ਪ੍ਰੋਬਲਮ ਹੈ ਕਿਸੇ ਡੰਗਰ ਨੂੰ ਮੇਰੀ ਸਟੋਰ ਤੇ ਗੱਲ ਕਰਾਓ ਮੈਂ ਦਵਾਈ ਦੱਸਾਂਗਾ। ਅੱਛਾ ਜੀ, ਤੇ ਆਪਣੇ ਡੰਗਰਾਂ ਕਿਸੇ ਚੀਜ਼ ਦੇ ਮੈਨੂੰ ਕੋਈ ਪ੍ਰੋਬਲਮ ਹੋਵੇ, ਕੋਈ ਪ੍ਰੋਬਲਮ ਹੋਵੇ ਦੱਸ ਦਿਓ। ਦੂਸਰੀ ਗੱਲ ਇਹ ਜਿਹੜੇ ਰਿਪੀਟਰ ਡੰਗਰ ਨੇ, ਹਾਂਜੀ ਹਾਂਜੀ, ਕੋਈ ਉਹਨਾਂ ਦੀ ਵੱਡੀ ਮੁਸ਼ਕਲ ਨਹੀਂ, ਜੇ ਮੇਰੇ ਨਾਲ ਕੰਟੈਕਟ ਕਰਨ ਮੈਂ ਦਵਾਈ ਦੱਸਾਂਗਾ ਉਹਨਾਂ ਨੂੰ ਦਵਾਈ ਦੇਣ, ਕੋਈ ਡੰਗਰ। ਚਲੋ, ਇਹ ਤਾਂ ਬਹੁਤ ਵਧੀਆ ਗੱਲ ਹੈ ਜੀ। ਵੀ ਹਾਂ, ਤੁਹਾਨੂੰ ਪਤਾ ਇਹ ਬੜੀ ਗੱਲਾਂ ਵਧੀਆਂ ਕਿ ਨਹੀਂ ਜੀ। ਕੈਮਰੇ ਵਾਲੀ ਮੇਰੇ ਕੋਲ ਏ ਆਈ ਕਰਨੇ ਆ, ਹਾਂਜੀ, ਏ ਆਈ ਤਾਂ ਮੈਂ ਸਪੈਸ਼ਲਿਸਟ ਆ, ਬਾਹਰ ਵੀ ਹਾਂ ਤੇ ਇੱਥੇ ਵੀ ਹਾਂ। ਠੀਕ ਹੈ ਜੀ, ਰਿਪੀਟ ਨਹੀਂ ਡੰਗਰ ਹੁੰਦਾ। ਚਲੋ, ਠੀਕ ਹੈ, ਵਰਤੋਂ चलो ठीक है जी। तो देखो जी, बहुत सोहनिया बाइया ने गल कही, ठीक है। कोई जिमें अजक तुम्हें पता ही है, रिपीट डेंगे बहुत ज्यादा होंगे और तुम डॉक्टर साहब ने गल कर लिया जी, नंबर एड्रैस स्क्रीन चलूगा। चलो ठीक है डॉक्टर साहब, सत श्री अकाल जी।